ਦੇਖਣ ਵਾਸਤੇ ਆਪਣੇ ਕੋਲੇ ਜਿਹੜਾ ਹੈਗਾ ਆ ਛੰਦ ਆਪਾਂ ਬਣਾਇਆ ਹੋਇਆ 13 ਬਤੋਲ ਲੱਗੇ ਨਾ ਹਾਂ ਕਣਕ ਦੀ ਹੋ ਗਈ ਅੱਛਾ ਨਰਮਾ ਵੀ ਵੇਚਦੇ ਆ ਹਾਂ ਨਰਮੇ ਵਾਲਾ ਪਰ ਜਿਹੜਾ ਆ ਪਲੇਟ ਹੋ ਗਈ ਤੇ ਜੀ ਇਹਦੇ ਨਾਲ ਛੋਲੇ ਹੋ ਗਏ ਮੂੰਗਲੀ ਹੋ ਗਈ ਅਰਿੰਡ ਹੋ ਗਈ ਇਸ ਪਲੇਟ ਦੇ ਨਾਲ ਵੀ ਨਹੀਂ ਬੈਕ ਕਰਨ ਵੇਲੇ ਤਕਰੀਬਨ ਇਹ ਟੁੱਟਦਾ ਹੁੰਦਾ ਜਾਂ ਫਿੱਕਾ ਇਹ ਤਕਨੀਕ ਵੀ ਨਵੀਂ ਆ ਹਨਾ ਇਹ ਹੁਣ ਦੋਨੇ ਪਾਸੇ ਐਡਜਸਟੇਬਲ ਹੈ ਇਹ ਗੇਅਰ ਆਪਾਂ ਜੇ ਵੱਧ ਘੱਟ ਕਰਨੀ ਆ ਹਨਾ ਤੇ ਜਿਹੜਾ ਕਰਨਾ ਹੈ ਸਭ ਤੋਂ ਨਿੱਕਾ ਗੇਅਰ ਲੱਗਿਆ ਹੋਇਆ ਕੋਈ ਨਟ ਨਹੀਂ ਖੋਲਣਾ ਇਹ ਆ ਗਈ ਤਿੰਨ ਟੈਂਕੀਆਂ ਵਾਲੀ ਉਹ ਦੋ ਵਾਲੀ ਸੀ ਆਪਾਂ ਜਿਹੜੀਆਂ ਹੋਣਗੀਆਂ ਇਹ ਸਟਿੱਲੀ ਹੱਬਾਂ ਹੋਣਗੀਆਂ ਚਾਰੇ ਮਤਲਬ ਤਵੇ ਜਿਹੜੇ ਬਾਹਰ ਹੈ ਚਾਰੇ ਆਪਾਂ ਅੰਦਰ ਕਰਤੀਆਂ ਤੇ ਹੱਬਾਂ ਅੰਦਰ ਕਰਤੀਆਂ ਤਕਰੀਬਨ ਜੇ ਆਪਾਂ ਗੱਲ ਕਰੀਏ ਹੱਬ ਜਿਹੜੀ ਇੱਥੇ ਆਉਂਦੀ ਸੀ ਉਹ ਹੱਬ ਆਪਾਂ ਇੱਥੇ ਕਰ ਉਹ ਆਪਾਂ ਅੰਦਰ ਕਰਤੀ ਇਹ ਆਟੋਮੋਟਿਵ ਪੇਂਟ ਹੈਗਾ ਆਪਣਾ ਸਪੈਸ਼ਲ ਕਲਰ ਹੈਗਾ ਨੈਸ਼ਨਲ ਔਰੇਂਜ ਕਲਰ ਸਪੈਸ਼ਲ ਤਿਆਰ ਕਰਵਾਇਆ ਹੈ ਆਪਾਂ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਆਪਾਂ ਖੜੇ ਸੀ ਸੰਗਰੀਏ ਸੰਗਰੀਆ ਸਾਡੇ ਕਿਸਾਨ ਭਰਾਵਾਂ ਨੂੰ ਤਕਰੀਬਨ ਪਤਾ ਵੀ ਸੰਗਰੀਆ ਜਿਹੜਾ ਕਿਹੜੀ ਚੀਜ਼ ਤੋਂ ਮਸ਼ਹੂਰ ਆ ਹਨਾ ਸੰਦ ਤੁਸੀਂ ਦੇਖ ਰਹੇ ਹੋ ਲੈਣੋਵਾਰ ਲੱਗੇ ਪਏ ਆ ਜਿਹੜੇ ਮੇਨ ਵੱਡੀ ਗੱਲ ਆ ਜਿਹੜੀ ਇੱਕ ਤਾਂ ਸੰਦ ਦੀ ਸਫਾਈ ਤੇ ਰੇਟ ਦਾ ਜਿਹੜਾ ਬਿਲਕੁਲ ਜਾਇਜ਼ ਆ ਅਸੀਂ ਤਕਰੀਬਨ ਟਰਾਈਆਂ ਮਾਰਦੇ ਹਾਂ ਨਾ ਕੋਈ ਵੀ ਕਿਸਾਨ ਭਰਾ ਕੋਈ ਵੀ ਕੁਛ ਵੀ ਲੈਂਦੇ ਟਰਾਈ ਮਾਰ ਕੇ ਆਉਂਦੇ ਆ ਮਸ਼ੀਨਾਂ ਤੇ ਵਾਹੁਣ ਵਾਲੇ ਸੰਦਾਂ ਤੋਂ ਲਾ ਕੇ ਬੀਜਣ ਵਾਲੇ ਸੰਦਾਂ ਤੱਕ ਬਹੁਤ ਘੈਂਟ ਬਣਾਏ ਹੋਏ ਆ ਸਾਨੂੰ ਇਕੱਲਾ ਇਕੱਲਾ ਸੰਦ ਦਿਖਾਉਂਦੇ ਆ ਪਹਿਲਾਂ ਆਪਾਂ ਬਲਜਿੰਦਰ ਨੂੰ ਮਿਲਦੇ ਆ ਆਜੋ ਬਲਜਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਇਹ ਆ ਸਾਡਾ ਭਾਈ ਬਲਜਿੰਦਰ ਹਨਾ ਤੇ ਸੰਗਰੀਏ ਦੇ ਵਿੱਚ ਮੰਨ ਲਓ ਭਰਾ ਨੇ ਜਿਹੜਾ ਨਾਮ ਬਣਾਇਆ ਹੋਇਆ ਨੈਸ਼ਨਲ ਵਾਲੇ ਆ ਸੰਗਰੀਏ ਇੱਕ ਜਿਹੜੇ ਤੇ ਸੰਦ ਕਹਿੰਦੇ ਰੇਟ ਵੀ ਜਾਇਜ਼ ਆ ਤੇ ਸੁੱਧ ਦਾ ਤੁਸੀਂ ਦੇਖੋਗੇ ਮੇਰੇ ਕੋਲ 4 ਸਾਲ ਹੋ ਗਏ ਤਵੀਆਂ ਨੂੰ ਟਰੈਕਟਰ ਨੂੰ ਵੈਸੇ ਤਾਂ ਜਿਵੇਂ ਜ਼ੋਰ ਲੱਗਣਾ ਪਰ ਪਤਾ ਨਹੀਂ ਲੱਗਦਾ ਜਾਂਦਾ ਕਾਰ ਵਾਂਗੂ ਆ ਤੇ ਇਕੱਲੇ ਇਕੱਲੇ ਸੰਦ ਦੇਖਦੇ ਆਪਾਂ ਬਾਈ ਬਲਜਿੰਦਰ ਦੇ ਕਿਹੜੀ ਸਫਾਈ ਆ ਕਿਹੜਾ ਨਵਾਂ ਕੁਛ ਕੀਤਾ ਕੀ ਕੁਛ ਸੰਦ ਆ ਜੋ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਸਾਨ ਭਰਾ ਸਾਰੇ ਤੇ ਇਹਦੇ ਬਾਰੇ ਬਾਈ ਦਿਓ ਜਾਣਕਾਰੀ ਮਸ਼ੀਨ ਬਾਰੇ ਸਭ ਤੋਂ ਪਹਿਲਾਂ ਮਸ਼ੀਨ ਦੇਖੋ ਜੀ ਇਹ ਚ ਡਬਲ ਟੈਂਕੀ ਵਾਲੀ ਮਸ਼ੀਨ ਹੈ ਠੀਕ ਆ ਦੋ ਟੈਂਕੀਆਂ ਲੱਗੀਆਂ ਹੋਈਆਂ ਹਾਂਜੀ ਇਹਦੇ ਵਿੱਚ ਜਿਹੜੀ ਪਹਿਲੀ ਟੈਂਕੀ ਇਹ ਹੈਗੀ ਹੈ ਪਸਤੌਲ ਵਾਲੀ 13 ਪਸਤੌਲ ਲੱਗਦੇ 13 ਪਸਤੌਲ ਆ ਗਈ ਇਹ ਆਪਾਂ ਕਹਿ ਦਈਏ 13 ਪੋਰੀ ਮਸ਼ੀਨ ਆ ਗਈ ਬਿਲਕੁਲ ਬਿਲਕੁਲ ਠੀਕ ਆ ਅੱਛਾ ਜੀ ਇਹਦੇ ਨਾਲ ਕਣਕ ਦੀ ਬਿਜਾਈ ਹੋ ਗਈ ਕਣਕ ਦੀ ਹੋ ਗਈ ਅਗਲੇ ਪਾਸੇ ਜਿਹੜੇ 13 ਬਤੋਲ ਲੱਗੇ ਨੇ ਹਾਂ ਕਣਕ ਦੀ ਹੋ ਗਈ ਠੀਕ ਹੈ ਜੀ ਪਿਛੇ ਵਾਲਾ ਪਿੱਛੇ ਵਾਲਾ ਜਿਹੜਾ ਹੈਗਾ ਇਹ ਬੀਟੀ ਵਾਲਾ ਲੱਗਿਆ ਹੋਇਆ ਅੱਛਾ ਨਰਮਾ ਵੀ ਵੇਚਦੇ ਆ ਹਾਂ ਨਰਮੇ ਵਾਲਾ ਆ ਵੀ ਬਹੁਤ ਵਧੀਆ ਗੱਲ ਆ ਸਾਨੂੰ ਨਰਮਾ ਗਮਾਰਾ ਤੇ ਆਪਣੇ ਸਰੋਂ ਵਾਲੀ ਮਸ਼ੀਨ ਮਿਲ ਜਾਂਦੀ ਸੀ ਹਾਂਜੀ ਤੇ ਨਾਲ ਕਣਕ ਵਾਲੀ ਤਿਆਰ ਕਰਤੀ ਹਾਂ ਅੱਡ ਪਲੇਟਾਂ ਜਿਹੜੇ ਚੇਂਜ ਹੋਏ ਜੀ ਠੀਕ ਆ ਪਲੇਟਾਂ ਤੁਹਾਨੂੰ ਦਿਖਾ ਹਾਂ ਪਲੇਟਾਂ ਦਿਖਾਉਣੇ ਆ ਪਸਤੌਲ ਵੀ ਦਿਖਾਉਣੇ ਉੱਥੇ ਚਲੋ ਆਜੋ ਕਿ ਆਪਣੇ ਦੋ ਸੂਤੇ ਨਟ ਤੋਂ ਲਾ ਕੇ ਤੇ ਜੇ ਆਪਾਂ ਕਹੀਏ 50 ਕਿਲੋ ਤੱਕ ਦੀ ਚੀਜ਼ ਆ ਜਿਹੜੀ ਓਰੀਜਨਲ ਹੀ ਲੈਣੀ ਆ ਕਹਿੰਦਾ ਬਾਈ ਕਹਿੰਦਾ ਇਹ ਜਿਵੇਂ ਸਰੋਂ ਦੀ ਪਲੇਟ ਆ ਗਈ ਸਰੋਂ ਵਾਲਾ ਦਵਾ ਆ ਗਿਆ ਇਹ ਸਰੋਂ ਦਾ ਹੋ ਗਿਆ ਜਾਂ ਕੋਈ ਆਪਾਂ ਜਾਂ ਬਾਜਰਾ ਜਿਹੜੀ ਇਹਦੀ ਹੈ ਹੋਰ ਚੀਜ਼ ਹੈ ਹਾਂਜੀ ਹਾਂਜੀ ਉਹਦੇ ਵਿੱਚ ਆਪਣਾ ਗਵਾਰਾ ਆ ਗਿਆ ਜਾਂ ਬੀਟੀ ਨਰਮਾ ਆ ਗਿਆ ਨਰਮਾ ਤੇ ਗਵਾਰਾ ਆ ਗਿਆ ਗਵਾਰਾ ਉਹ ਇਹਦੇ ਵਿੱਚ ਇਹਦੇ ਨਾਲ ਵੀ ਠੀਕ ਆ ਉਹ ਉਸੇ ਮਸ਼ੀਨ 'ਚ ਹੀ ਜਾਣਾ ਇਹਨੇ ਹਾਂਜੀ ਉਹ ਠੀਕ ਆ ਦੇ ਵਿੱਚ ਮਤਲਬ ਕੱਢ ਕੇ ਆਪਾਂ ਫਿੱਟ ਕਰ ਠੀਕ ਆ ਪਰ ਜਿਹੜਾ ਆ ਪਲੇਟ ਹੋ ਗਈ ਤੇ ਜੀ ਇਹਦੇ ਨਾਲ ਛੋਲੇ ਹੋ ਗਏ ਆਪਣੇ ਠੀਕ ਆ ਔਰ ਮੂੰਗਲੀ ਹੋ ਗਈ ਠੀਕ ਹੈ ਅਰਿੰਡ ਹੋ ਗਈ ਠੀਕ ਉਹ ਇਸ ਪਲੇਟ ਦੇ ਨਾਲ ਬਿਜਾਈ ਠੀਕ ਆ ਮਤਲਬ ਇੱਕ ਹੀ ਮਸ਼ੀਨ ਨਾਲ ਆਪਣੀਆਂ ਸਾਰੀਆਂ ਫਸਲਾਂ ਜੇ ਆਪਾਂ ਮੇਨ ਯਾਰ ਤਾਂ ਗੱਲ ਕਰਦਾ ਤਾਂ ਤਕਰੀਬਨ ਨਹੀਂ ਪਤਾ ਵੀ ਕਿੰਨੇ ਕੁਛ ਕਰ ਰਹੀ ਹੈ ਇਹ ਵਿੱਚ ਆਪਾਂ ਕਹਿ ਦਿੰਦੇ 20-25 ਚੀਜ਼ਾਂ ਬੀਜ ਦੂਗੀ ਗੱਲ ਇਹ ਸਿੰਗਲ ਜਿਵੇਂ ਨਰਮਾ ਗਮਾਰਾ ਸਰੋਂ ਹਾਂ ਇਹ ਜੋ ਨਰਮਾ ਗਵਾਰਾ ਸਰੋਂ ਤਿੰਨ ਚੀਜ਼ਾਂ ਆ ਗਈਆਂ ਇਹਦੇ ਵਿੱਚ ਬਾਕੀ ਚਲੋ ਹੋਰ ਕੋਈ ਇਸ ਟਾਈਪ ਦੀ ਬਿਜਾਈ ਆ ਤਾਂ ਉਹ ਵੀ ਹੋ ਜਾਊਗੀ ਹਾਂਜੀ 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 ਇਹ ਗੇਅਰ ਆਪਾਂ ਜੇ ਵੱਧ ਘੱਟ ਕਰਨੀ ਆ ਨਾ ਵੱਧ ਜਿਹੜਾ ਕਰਨਾ ਹੈ ਸਭ ਤੋਂ ਨਿੱਕਾ ਗੇਅਰ ਲੱਗਿਆ ਹੋਇਆ ਕੋਈ ਨਟ ਨਹੀਂ ਖੋਲਣਾ ਕੁਝ ਨਹੀਂ ਕਰਨਾ ਨਾਲ ਢੀਲੇ ਕਰਕੇ ਬਿਲਕੁਲ ਕੋਈ ਨਟ ਨਹੀਂ ਖੋਲਣਾ ਆਪਾਂ ਇਹ ਬਹੁਤ ਵੱਡੀ ਗੱਲ ਆ ਨਹੀਂ ਇੱਥੇ ਨਟ ਖੋਲ ਕੇ ਦੋ ਉੱਥੇ ਸਾਨੂੰ ਫੇਰ ਕਰਨੇ ਪੈਂਦੇ ਇਹ ਚੀਜ਼ ਤਕਨੀਕ ਨਵੀਂ ਆ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਠੀਕ ਆ ਇੱਕ ਬਾਈ ਬਲਜਿੰਦਰ ਉਹ ਵੀ ਥੋੜਾ ਜਿਹਾ ਜਾਣਕਾਰੀ ਦਿਓ ਆ ਮੈਨੂੰ ਵੀ ਨਹੀਂ ਪਤਾ ਜਿਹਦਾ ਤੁਸੀਂ ਪਾਈਪਾਂ ਲਾ ਰੱਖੀਆਂ ਆ ਤਕਰੀਬਨ ਮਸ਼ੀਨਾਂ ਤੇ ਨਹੀਂ ਦੇਖੀਆਂ ਕਿ ਆਹ ਪਾਈਪ ਲੱਗੀ ਹੋਈ ਹੈ ਜਿਹੜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਹੁਤ ਵਧੀਆ ਚੀਜ਼ ਦੇਖੀ ਹੈ ਹਾਂ ਇਹ ਨਵੀਂ ਦੇਖੀ ਆ ਮੈਂ ਬਿਲਕੁਲ ਸਹੀ ਹੈ ਤੁਹਾਡੀ ਹਾਂ ਇਹਦੇ ਨਾਲ ਕੀ ਆਮ ਤੌਰ ਤੇ ਪਹਿਲਾਂ ਪਾਈਪਾਂ ਛੋਟੀਆਂ ਲੱਗੀਆਂ ਜੀ ਹੁੰਦੀਆਂ ਸੀ ਇੱਥੋਂ ਤੱਕ ਕੀ ਆ ਜਿੱਥੇ ਮੋੜ ਆ ਪਾਈਪ ਲੱਗ ਜਾਂਦੀ ਹਾਂ ਉਹਦੇ ਵਿੱਚ ਪਾਈਪ ਪੈਂਦੀ ਉਹਦੇ ਨਾਲ ਵਿੱਚ ਪਾਈਪ ਪੈਂਦੀ ਹਾਂ ਕੀ ਹੁੰਦਾ ਜਿਵੇਂ ਹੁਣ ਅੱਗੋਂ ਇੰਨੀ ਦੂਰੋਂ ਪਾਈਪ ਆਉਂਦੀ ਤਾਂ ਪਾਈਪ ਦੇ ਵਿੱਚ ਬਲ ਪੈ ਜਾਂਦਾ ਸੀਗਾ ਜਦੋਂ ਧੁੱਪ ਚ ਮੰਨ ਲਾ ਤਕਰੀਬਨ ਨਹੀਂ ਪੈਂਦਾ ਧੁੱਪੇ ਦਾ ਖਿਆਲ ਚ ਵੀ ਜਦੋਂ ਬਲ ਪਾਏਗਾ ਪਾਈਪ ਬਾਹਰ ਟੁੱਟੂਗੀ ਪਾਈਪ ਟੁੱਟ ਵੀ ਜਾਂਦੀ ਸੀ ਸਹੀ ਗੱਲ ਆ ਇਹ ਬਲ ਪਾਏ ਬਾਅਦ ਵੀ ਗਰੋਥ ਨਹੀਂ ਹੁੰਦਾ ਇੱਥੇ ਪਾਈਪ ਨੇ ਜਮਾ ਐ ਰਹਿਣਾ ਬਿਲਕੁਲ ਰਹਿਣਾ ਤੇ ਪਲਾਸਟਿਕ ਵਾਲੀ ਪਾਈਪ ਬਿਲਕੁਲ ਛੋਟੀ ਆਊਗੀ ਯਾਨੀ ਕਿ 2 ਫੁੱਟ ਦਾ ਪੀਸ ਆਊਗਾ ਉਹਨੇ ਜੇ 3.5 ਫੁੱਟ ਦਾ ਪੀਸ ਪਾਉਣਾ ਪੈਂਦਾ ਬਿਲਕੁਲ ਇੱਕ ਗੱਲ ਹੋਰ ਹੈ ਜੀ ਅਸੀਂ ਜ਼ਿਆਦਾ ਬੀਆਂ ਵਾਲੀ ਚੀਜ਼ ਵੀ ਜਾਂ ਕੁਇੰਟਲ ਕਿਲੇ ਦਾ ਵੀ ਪਾਉਣਾ ਜਿਹੜੀ ਪੈਪ ਮੁੜਦੀ ਆ ਉਹ ਮੁੱਖਿਆ ਵੀ ਜਾਂਦਾ ਉਹਨੂੰ ਜਗ੍ਹਾ ਘਟ ਰਹਿ ਜਾਂਦੀ ਆ ਤਕਰੀਬਨ ਉਹ ਸੁਧਾਰ ਇਹਦੇ ਵਿੱਚ ਹੈਗਾ ਬਾਕੀ ਆ ਲੀਕੇ ਵਗੈਰਾ ਦੇਖ ਲਓ ਤੁਸੀਂ ਇਹ ਦੋਨੇ ਪਾਸੇ ਐਡਜਸਟੇਬਲ ਹੋ ਗਏ ਬਹੁਤ ਵਧੀਆ ਜੀ ਆਪਣੀ ਕਿਸੇ ਬੱਟ ਚ ਵੱਜਦੀ ਐ ਨਹੀਂ ਟੁੱਟ ਜੂ ਬਿਲਕੁਲ ਇੱਧਰ ਹੋ ਜੂਗੀ ਆਪਾਂ ਬੈਕ ਕਈ ਵਾਰ ਕਰਦੇ ਸੀ ਨਹੀਂ ਬੈਕ ਕਰਨ ਵੇਲੇ ਤਕਰੀਬਨ ਇਹ ਟੁੱਟਦਾ ਹੁੰਦਾ ਜਾਂ ਫਿੱਕਾ
ਆਪਣੇ ਮਸ਼ੀਨਾਂ ਦੀ ਵੈਰਾਈਟੀਸ ਨੂੰ ਦਿਖਾਤੀ ਸੀ ਹਾਂ ਡਬਲ ਵਾਲੀ ਦਿਖਾਤੀ ਠੀਕ ਹੈ ਇੱਕ ਇਹ ਸੁਣੋ ਆ ਮਸ਼ੀਨ ਹੋਰ ਦਿਖਾਉਣੇ ਆ ਟ੍ਰਿਪਲ ਇਹ ਆ ਗਈ ਤਿੰਨ ਟੈਂਕੀਆਂ ਵਾਲੀ ਉਹ ਦੋ ਵਾਲੀ ਸੀ ਹੈ ਇਹਦੇ ਵਿੱਚ ਆਪਣੇ ਡੀਏਪੀ ਵਗੈਰਾ ਜਿਹੜੀ ਹੋਊਗੀ ਡੀਏਪੀ ਅਗਲੇ ਆ ਗੱਡ ਪੈ ਜਾਊਗੀ ਕਣਕ ਕੱਟ ਦਾ ਵੀ ਜੱਟ ਪੈ ਜਾਊਗਾ ਇਹ ਕਿੰਨੇ ਪੋਰ ਆ ਪਸਤੌਲ ਕਿੰਨੇ 13 ਪਸਤੌਲ 13 ਪੋਰ ਦੇ ਠੀਕ ਆ ਉਹ ਆਪਣੀ ਅੱਗੇ ਆ ਗਈ ਉਹੀ ਤਿੰਨੇ ਵਜਾਈਆਂ ਕੁਮਾਰਾ ਸਰੋਂ ਤੇ ਨਰਮਰੋਂ ਉਹ ਕਿੰਨੇ ਵਜਾਈਆਂ ਪਿੱਛੇ ਉਹ ਤਿੰਨੇ ਆ ਗਿਆ ਔਰ ਇਹ ਮਤਲਬ ਅੱਡ ਅੱਡ ਸੈਪਰੇਟ ਆ ਗਈ ਇੱਕ ਮਸ਼ੀਨ ਮੰਨ ਕੇ ਚਲੋ ਜੀ ਆਪਾਂ ਗੱਲ ਕਰਦੇ ਆ ਸਾਰਾ ਕੁਝ ਕਰਦੀ ਐ ਨਹੀਂ ਘਰੇ ਆ ਕੇ ਕਦੇ ਨਰਮੇ ਵਾਲੀ ਲੈ ਜਾਓ ਤੇ ਕਦੇ ਕੁਮਾਰੀ ਵਾਲੀ ਲੈ ਜਾਓ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਜਿਹੜੇ ਐਡਜਸਟਰ ਲੱਗੇ ਹੋਏ ਹੋਣਗੇ ਠੀਕ ਆ ਆ ਚੀਜ਼ ਲਾਓਗੇ ਤੁਸੀਂ ਵਧਾਉਣ ਘਟਾਉਣ ਵਾਸਤੇ ਉੱਪਰ ਸੀਟਰ ਤੇ ਲੱਗਿਆ ਹੋਇਆ ਹੁੰਦਾ ਏ ਠੀਕ ਆ ਤੇ ਘੱਟ ਵੱਧ ਜਿੰਨਾ ਵੀ ਬੀਜ ਹੋਏਗਾ ਵੀ ਆਪਾਂ ਸੂਤ ਅੱਧਾ ਸੂਤ ਵੀ ਕਰ ਸਕਦੇ ਮੇਨ ਵੱਡੀ ਗੱਲ ਆ ਹਾਂ ਵੀ ਆਪਾਂ 20 ਘੱਟ ਵੱਧ ਕਰਨਾ ਹੈਗਾ ਠੀਕ ਆ ਨੰਬਰਿੰਗ ਜਿਹੜੀ ਹੈਗੀ ਆ ਇਹਦੇ ਵਿੱਚ ਅੰਦਰ ਲੱਗੀ ਵੀ ਹੈਗੀ ਆ ਦੇਖੋ ਠੀਕ ਆ ਤੇ ਅੰਦਰ ਆਏ ਨੇ 0 1 2 3 ਠੀਕ ਮੇਨ ਆਪਾਂ ਇੱਕ ਵੱਡੀ ਗੱਲ ਕਰੀਏ ਜੇ ਸਾਡੇ ਕਿਸਾਨ ਭਰਾਵਾਂ ਕੋਲੇ 4-5 ਸੰਦ ਆ ਜੇ ਉਹ ਸਾਨੂੰ ਬਾਹਰ ਖੜਾਉਣੇ ਪੈਂਦੇ ਆ ਬਾਹਰ ਇਹ ਸੰਦ ਆ ਜਿਹੜਾ ਖਰਾਬ ਹੁੰਦਾ ਜਦੋਂ ਆਪਣੇ ਕੋਲ ਇੰਨੀਆਂ ਚੀਜ਼ਾਂ ਵਾਲਾ ਇੱਕ ਸੰਦ ਆ ਤਾਂ ਆਪਾਂ ਉਹਨੂੰ ਅੰਦਰ ਵੀ ਲਾਵਾਂਗੇ ਇਹ ਵੀ ਗੱਲ ਨਾਲ ਕਰ ਲਾਵਾਂਗੇ ਕਿ ਇਹਨਾਂ ਸਾਰਿਆਂ ਦੇ ਆਪਾਂ ਢੱਕਣ ਦਿੱਤੇ ਆ ਆਪਣੀ ਸਪੈਸ਼ਲ ਉਹ ਵੀ ਹੈਗੀ ਆ ਜਿਹੜੀ ਚੀਜ਼ ਦੇਖੋਗੇ ਤੁਸੀਂ ਕਿ ਜਿੰਨੀਆਂ ਵੀ ਮਸ਼ੀਨਾਂ ਤੁਸੀਂ ਆ ਦੇਖ ਰਹੇ ਹੋ ਆਹ ਇਹਦੀ ਲਾਈਫ ਮੈਨੂੰ ਮਤਲਬ ਮੋਟੇ ਹਿਸਾਬ ਨਾਲ ਕਹਿੰਦਾ 10 ਸਾਲ ਵਧਾਉਂਦੀ ਹੋਈ ਦੀ ਲਾਈਫ ਜਿਹੜੀ ਆ ਚੀਜ਼ ਲੱਗੀ ਆ ਬਿਲਕੁਲ ਹੈਨਾ 10 ਸਾਲ ਜ਼ਿਆਦਾ ਚੱਲੂਗੀ ਹਾਂਜੀ ਤੇ ਸਾਨੂੰ ਇਹ ਨਹੀਂ ਵੀ ਅਸੀਂ ਅੰਦਰ ਖੇਤ ਵੀ ਕਈ ਵਾਰੀ ਮੀਂਹ ਆ ਜਾਂਦਾ ਤਾਂ ਅਗਲਾ ਆਪਦਾ ਕਰ ਸਕਦਾ ਜਗਾੜ ਉੱਤੇ ਲਾ ਕੇ ਬਿਲਕੁਲ ਤੇ ਅੱਗੇ ਆ ਗਈਆਂ ਤਵੀਆਂ ਇਹ ਆਪਣੀਆਂ ਹੀ ਤਵੀਆਂ 16 ਅੱਗੇ 18 ਪਤਾ ਨਹੀਂ ਕਿਹੜੇ ਭਰਾ ਦੀਆਂ ਤੇ ਤਵੀਆਂ ਤੁਸੀਂ ਇੱਕ ਵਾਰੀ ਪਹਿਲਾਂ ਤਾਂ ਦੇਖੋ ਸਮਾਰ ਕੇ ਤੇ ਰੇਟ ਪੁੱਛੋਗੇ ਤੁਸੀਂ ਬਲਜਿੰਦਰ ਨੂੰ ਜਿੱਦੇ ਆ ਕੇ ਤੁਸੀਂ ਸੋਚੋਗੇ ਯਾਰ ਵੀ ਹੌਲੀਆਂ ਹੋਣਗੀਆਂ ਭਾਰੀਆਂ ਨਹੀਂ ਵਜਨ ਵੀ 7.5 ਕੁਇੰਟਲ ਤੋਂ 8 ਕੁਇੰਟਲ ਦੇ ਵਿੱਚ ਵਜਨ ਉਹ 7.5 ਤਾਂ ਹੈਗੇ ਹੈਗਾ ਟੈਰਸ ਲਾ ਕੇ ਤੇ ਮਾੜਾ ਸੰਦ ਤਿਆਰ ਨਹੀਂ ਕਰਦੇ ਅਸੀਂ ਕਿਹਾ ਸੀ ਲੋਹਾ ਘਟਾ ਦਿਓ ਥੋੜਾ ਜਿਹਾ ਕਹਿੰਦੇ ਵੀ ਲੋਹਾ ਨਹੀਂ ਘਟਦਾ ਇਦੂ ਤਾਂ ਇਹ ਨਹੀਂ ਬਣਾਉਣਾ ਤਾਂ ਇਹੀ ਬਣਾਉਣਾ ਇੰਨੇ ਭਾਰ ਬਣਾਉਣਾ ਤੇ ਤਵੀਆਂ ਤੁਸੀਂ ਦੇਖਦੇ ਹੋ 2 ਸੈਟ ਪਏ ਆ ਸਭ ਤੋਂ ਪਹਿਲਾਂ ਗੱਲ ਕਰੀ ਆਪਣੇ ਇਹ 18 ਤਵੀਆਂ ਦਾ ਸੈੱਟ ਹੈ 18 ਤਵੀਆਂ ਦਾ ਸੈੱਟ ਠੀਕ ਹੈ ਤਾਂ ਇਹਦੇ ਸਭ ਤੋਂ ਪਹਿਲਾਂ ਆਪਾਂ ਫਰੇਮ ਦੀ ਗੱਲ ਕਰਾਂਗੇ ਠੀਕ ਆ ਫਰੇਮ ਇਹਦੇ ਵਿੱਚ ਜਿਹੜਾ ਆਪਣਾ ਲੱਗਿਆ ਹੋਇਆ ਹੈਗਾ 90 mm ਦਾ ਪੈਪ 90 mm ਦੀ ਪੈਪ ਲੱਗੀ ਹੋਈ ਹੈ ਜਿਹੜੀ ਸਾਰੇ ਫਰੇਮ ਦੇ ਵਿੱਚ ਇੱਕ ਹੀ ਲੱਗੀ ਹੋਈ ਹੈ ਜਿਹੜੇ ਇੱਕ ਟੈਪ ਦੀ ਹਾਂਜੀ ਹਾਂਜੀ ਇਹ ISI ਬ੍ਰਾਂਡਡ ਪੈਪ ਹੋਊਗੀ ISI ਦਾ ਸਟੰਪ ਮਿਲੂਗਾ ਤੁਹਾਨੂੰ ਪੈਪ ਦੇ ਵਿੱਚ ਇੱਕ ਪੈਪ ਦੇ ਵਿੱਚ ISI ਦਾ ਸਟੰਪ ਮਿਲੂਗਾ ਠੀਕ ਹੈ ਫੋਰ ਦੇ ਵਿੱਚ ਲੱਗਿਆ ਹੋਇਆ ਸਟੰਪ ਸਹੀ ਆ ਠੀਕ ਹੈ ਜੀ ਮਤਲਬ ਇੱਕ ਹਲਕੀ ਪੈਪ ਨਹੀਂ ਵੀ ISI ਜਿਹੜੀ ਹੈਗੀ ਹੈ ਤਾਂ ਹੈਵੀ ਪੈਪ ਹੋਊਗੀ ਸਹੀ ਆ ਦੂਜੇ ਨੰਬਰ ਤੇ ਜਿਹੜਾ ਡਿਸਕ ਆਪਣੀ ਹੋਊਗੀ ਤਵਾ ਹੋਊਗਾ ਇਹ 10 ਕਿਲੋ ਦਾ ਹੈਵੀ 10 ਕਿਲੋ ਦਾ ਤਵਾ ਬੋਰਨ ਸਟੀਲ ਦਾ ਹਾਂਜੀ ਜਿਹਦੀ ਵੀ ਕਸਾਈ ਕੱਟ ਹੁੰਦੀ ਹੈ ਠੀਕ ਅਗਲੇ ਤਵੇ ਆਪਾਂ ਕੱਟ ਵਾਲੇ ਪਾਉਣੇ ਬਲਿੰਦਰ ਵੀ ਸਾਰੀਆਂ ਨੇ ਅਗਲੇ ਕੱਟ ਵਾਲੇ ਜਿਹੜੇ ਤਵੇ ਹੋਣਗੇ ਉਹ ਪਲੇਨ ਹੋਣਗੇ ਕੱਟ ਵਾਲੇ ਤਵੇ ਜਿਹੜੇ ਹੋਣਗੇ ਉਹ ਵੱਧ ਲੱਗਦੇ ਤਵੇ ਵੱਧ ਲੱਗਦੇ ਆ ਵੀ ਠੀਕ ਆ ਮਤਲਬ ਉਹ ਜਿਆਦਾ ਆਪਣੇ ਸੁੱਕੇ ਸੱਕੇ ਸਹੀ ਆ ਸਹੀ ਆ ਬਿਲਕੁਲ ਚੀਜ਼ਾਂ ਮਤਲਬ ਜਿਆਦਾ ਆਪਾਂ ਜਿਆਦਾ ਲੱਗਦੇ ਕਿ ਜਿਆਦਾ ਲੱਗਦੇ ਬਿਲਕੁਲ ਬਿਲਕੁਲ ਕਿਉਂ ਕੱਟ ਜਿਹੜੇ ਹੈਗੇ ਫਿਰ ਖੁੱਬ ਜਾਣਗੇ ਖੁੱਬ ਜਾਣਗੇ ਪਹਿਲਾਂ ਹਾਂਜੀ ਸਹੀ ਆ ਆਪਾਂ ਜਿਹੜੀਆਂ ਹੋਣਗੀਆਂ ਸਟਿੱਲੀ ਹੱਬਾਂ ਹੋਣਗੀਆਂ ਚਾਰੇ ਤਵੇ ਜਿਹੜੇ ਹੋਣਗੇ ਬਾਹਰ ਹੋਣਗੇ ਯਾਨੀ ਕਿ ਚਾਰੇ ਹੱਬਾਂ ਅੰਦਰ ਹੋਣਗੀਆਂ ਆਏ ਨਹੀਂਗਾ ਕਿ ਆਪਾਂ ਬੱਟ ਨਾਲ ਨਹੀਂ ਕਦੇ ਵੱਜਦਾ ਜਾਂ ਖਾਲ ਨਾਲ ਜਾਂ ਕਿਸੇ ਚੀਜ਼ ਵਾਰ ਪਹਿਲਾਂ ਆਪਣੇ ਕਰਦੇ ਸੀ ਇੱਕ ਜਿਵੇਂ ਤਵਾ ਬਾਹਰ ਕੱਢਦਾ ਬਾਹਰ ਕੱਢਦਾ ਤਵਾ ਤੇ ਤਿੰਨ ਅੰਦਰ ਤਿੰਨ ਅੰਦਰ ਉਹ ਜਗਾੜ ਜਾਵਣ ਆਪਾਂ ਸਪੈਸ਼ਲ ਇਹਦੇ ਹੁਣ ਚਾਰੇ ਮਤਲਬ ਤਵੇ ਜਿਹੜੇ ਬਾਹਰ ਹੈ ਚਾਰੇ ਆਪਾਂ ਅੰਦਰ ਕਰਦੀਆਂ ਤੇ ਹੱਬਾਂ ਅੰਦਰ ਕਰਦੀਆਂ ਤਕਰੀਬਨ ਜੇ ਆਪਾਂ ਗੱਲ ਕਰੀਏ ਹੱਬ ਜਿਹੜੀ ਇੱਥੇ ਆਉਂਦੀ ਸੀ ਉਹ ਹੱਬ ਆਪਾਂ ਇੱਥੇ ਕਰ ਉਹ ਆਪਾਂ ਅੰਦਰ ਕਰਦੇ ਬਿਲਕੁਲ ਸਹੀ ਹੈ ਬਹੁਤ ਵਧੀਆ ਟੈਕਨੀਕ ਆ ਹਾਂਜੀ ਔਰ ਜਿਹੜੀਆਂ ਆਪਣੇ ਸਕੂਲ ਜਿਹੜਾ ਲੱਗਿਆ ਵਾ ਆਪਾਂ ਮਸ਼ੀਨ ਬੋਲ ਦਿੰਦੇ ਆ ਉਸ ਨੂੰ ਹਾਂ ਸਕੂਲ ਠੀਕ ਆ ਇਹਨਾਂ ਦਾ ਲੱਗਿਆ ਵਾ 5 ਕਿਲੋ ਵਾਲਾ ਸਕੂਲ ਠੀਕ ਆ ਠੀਕ ਆ ਘਟਾ ਨਹੀਂ ਹੋਊਗਾ ਤੇ ਬਾਈ ਬਿਲਡਿੰਗ ਦੇ ਟਾਇਰ ਕਿਹੜੇ ਲਾਉਣੇ ਤਕਰੀਬਨ ਤੁਸੀਂ ਆਪ ਦੀ ਮਰਜ਼ੀ ਨਾਲ ਜਾਓਗਾ ਹਵਾਲੇ ਦਾ ਇਹ ਹੈ ਕਿ ਕੋਈ 6 ਮਹੀਨੇ ਸਾਲ ਬਾਅਦ ਜੇ ਤਵੀਆਂ ਚਾਹੀਦੀਆਂ ਉਹ ਪੈਂਚਰ ਮਿਲਦਾ ਪੈਂਚਰ ਹਾਂ ਮਿਲਦਾ ਵੀ ਮਿਲਦਾ ਉਹਦਾ ਇਹ ਸੁਖਾ ਵੀ ਇਹ ਨਾ ਹਵਾਲਾ ਜਿਹੜਾ ਹੈਗਾ ਉਹ ਤੁਰੇ ਹੀ ਫਿਰੂ ਉਹਨੇ ਤਾਂ ਤੁਰੇ ਫਿਰਨਾ ਬਸ ਆ ਜੀ ਬਿਲਕੁਲ ਇਸ ਲਈ ਆਪਾਂ ਰეკਮੈਂਡ ਕਰਦੇ ਹਾਂ ਕਿ ਬਿਨਾ ਹਵਾਲਾ ਬਿਲਕੁਲ 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 ਇਹਦੇ ਵਿੱਚ ਵੀ ਕੁਆਲਿਟੀਆਂ ਕੈਮਰਾ ਵਾਲਾ ਬਣਵਾ ਦੇ ਭਾਈ ਅੱਗੇ ਚੱਲ ਕੇ ਜੀ ਹੈ ਨਾ ਥੋੜੀ ਜੀ ਜਿਵੇਂ ਨੈਸ਼ਨਲ ਐਗਰੀਕਲਚਰ ਵਰਕਸ ਨੈਸ਼ਨਲ ਐਗਰੀਕਲਚਰ ਵਰਕਸ ਸਾਹਮਣੇ ਆਪਣਾ ਹੈਗਾ ਜਿਹੜਾ ਸਾਹਮਣੇ ਰੇਲਵੇ ਰੇਲਵੇ ਸਟੇਸ਼ਨ ਦੇ ਸਾਹਮਣੇ ਔਰ ਇੱਧਰ ਆਪਣੇ ਨਾਲ ਹੀ ਬੱਸ ਸਟੈਂਡ ਹੈ ਬੱਸ ਸਟੈਂਡ ਵੀ ਨਾਲ ਹੀ ਇਹ 4 ਕੁਇੰਟਲ ਤੋਂ ਪਲੱਸ ਵੇਟ ਹੈ ਜਾਂ 4 ਕੁਇੰਟਲ ਪਲੱਸ ਹੈ ਹਾਂਜੀ ਇਹਨਾਂ ਦੇ ਵਿੱਚ ਕੀ ਅੰਤਰ ਆ ਦੋਨਾਂ ਦੇ ਵਿੱਚ ਬਈ ਇਹ ਦੋਨੇ ਸੇਮ ਮਾਡਲ ਦੇ ਵਿੱਚ ਹੀ ਹੈ ਠੀਕ ਆ ਸੇਮ ਮਾਡਲ ਦੇ ਥੋੜਾ ਜਿਹਾ ਮੋਡੀਫਾਈ ਕਰਤਾ ਹਨਾ ਹਾਂਜੀ ਹਾਂਜੀ ਥੋੜਾ ਮੋਡੀਫਾਈ ਹੈ ਜੀ ਸਾਰਿਆ ਠੀਕ ਆ ਇਹਨਾਂ ਦਾ ਵਜਨ ਦਾ ਵਜਨ ਸੇਮ ਹੀ ਹੈ ਲੱਗ ਰਿਹਾ ਸੇਮ ਹੀ ਠੀਕ ਆ 4-5 ਠੀਕ ਆ ਤੇ ਜੇ ਆਪਾਂ ਗੱਲ ਕਰੀਏ ਕਲਚਿੰਗ ਬਿਸਤਰਾ ਦੀ ਦੋਨਾਂ ਚ ਮੰਨ ਲਓ ਵਜਨ ਮੈਨੂੰ ਲੱਗਦਾ ਵਾਧੂ ਪੈਪ ਵਾਲਾ ਆ ਗਿਆ ਇਹ ਐਂਗਲ ਵਾਲਾ ਆ ਗਿਆ ਠੀਕ ਆ
ਬਲਜਿੰਦਰ ਭਾਈ ਤੁਸੀਂ ਤਾਂ ਬਹੁਤ ਟਾਈਮ ਤੋਂ ਸੰਦ ਬਣਾਉਂਦੇ ਰਹਿੰਦੇ ਸੀ, ਬਹੁਤ ਵਾਰੀ ਧੂਈਆਂ ਤੇ ਬੈਠ ਕੇ ਡਾਂ ਤੇ ਬੈਠ ਕੇ ਗੱਲਾਂ ਕਰਦੇ ਹੁੰਦੇ ਆ ਵੀ ਯਾਰ ਕਾਮਯਾਬ ਪਤਾ ਨਹੀਂ ਇੰਗਲੈਂਡ ਵਾਲਾ ਤੇ ਜਾਂ ਪਾਇਆ ਬੜਾ, ਇਹ ਨਹੀਂ ਪਤਾ ਲੱਗਿਆ ਸਾਨੂੰ ਕਾਮਯਾਬ ਤੋਂ ਉੱਤੋਂ ਇਹ ਡਿਜ਼ਾਈਨਿੰਗ ਦਾ ਫਰਕ ਆ ਉੱਤੋਂ ਪੈਪ ਤੇ ਠੀਕ ਆ ਠੀਕ ਆ ਚੱਲਣਾ ਹੈਗਾ ਆਪਣੇ ਹੜਾਂ ਨੇ ਠੀਕ ਆ ਉਹ ਤਾਂ ਉਹਨਾਂ ਨੇ ਚੱਲਣਾ ਹੜਾਂ ਚੱਲਣਾ ਹੜਾਂ ਬਿਲਕੁਲ ਹੈਗਾ अपने उधर तैयार हो गए इधर आए जे इधर पेंट वास्ते स्पेशलिस्ट हैगी है इत्थों मल्ला जे आपां गल करिए तां ब्यूटी पार्लर ही है ना मैं ना इत्थों तैयार हो के जांदी आ इह उत्थे दोबारे चक ले सिटते छूंजिया चलाते बीच जाके मतलब एरिया नहीं बधूगी चीज बिल्कुल पानी माड़े हो गए कड़े एडे भेड़े बनते हैं ਇਦੋਂ ਜ਼ਿਆਦਾ ਹਲ ਨਹੀਂ ਜਾਂਦੇ ਨਾ ਟਰੈਕਟਰ ਖੋਬੇ ਉਹ ਚੀਜ਼ ਫਿਰ ਇਹੀ ਕਾਮਯਾਬ ਕਰਦੀ ਆ ਜਿਹੜੇ ਚ ਕੇਰਾ ਫਿਰ ਗਏ ਤਿੰਨ ਚਾਰ ਸਾਲ ਫਿਰ ਪਤਾ ਨਹੀਂ ਵੀ ਪੂਰਾ ਜਰਾਕੇ ਦੀ ਫਸਲ ਹੀ ਹੁੰਦੀ ਆ ਤਕਰੀਬਨ ਆਪਾਂ ਗੱਲ ਕਰੀਏ ਜ਼ਿਆਦਾਤਰ ਆਪਣੇ ਆਨਲਾਈਨ ਹੀ ਡਿਲੀਵਰੀਆਂ ਜ਼ਿਆਦਾ ਕਰਦੇ ਆ ਜ਼ਿਆਦਾ ਤੇ ਮੇਨ ਵੱਡੀ ਗੱਲ ਦੱਸੀਏ ਮੇਨ ਤੁਹਾਡਾ ਜੇ ਤੁਸੀਂ ਗੱਲ 10 ਦਿਨਾਂ ਦੀ ਕਰੋਗੇ ਉਹਦੇ ਚ 9 ਜਾਂ 11 ਹੋਣਗੇ 8 12 ਨਹੀਂ ਹੋਣਗੇ ਹਾਂ ਮੇਨ ਉਸ ਸਮੇਂ ਉਸ ਟਾਈਮ ਤੇ ਵੀ ਮਿਲੂਗਾ ਬਿਲਕੁਲ ਬਿਲਕੁਲ ਹਾਂਜੀ ਉਹ ਬਾਕੀ ਉਹ ਦਿਖਾ ਦਿਓ ਦੋ ਮਾਡਲ ਰਿਹਾ ਆਪਣੇ 18 ਦਾ ਸੈੱਟ ਦਾ ਔਰ ਪਿੱਛੇ 16 ਦਾ ਸੈੱਟ ਹੈਗਾ ਜਿਹੜੇ ਤੁਹਾਨੂੰ ਚੰਗੀ ਲੱਗੇ ਵੀਡੀਓ ਸ਼ੇਅਰ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਤੇ ਵਾਈ ਕੋਲ ਇੱਕ ਵਾਰੀ ਬਲਜਿੰਦਰ ਕੋਲੇ ਸੰਗਰੀਏ ਮਿਲ ਕੇ ਜ਼ਰੂਰ ਜਾਇਓ ਜਦੋਂ ਵੀ ਆਓਗੇ ਸੰਦ ਲੈਣ ਆਓਗੇ ਟਰਾਈ ਮਾਰੋ ਹਾਂ ਚਾਹ ਪਾਣੀ ਜ਼ਰੂਰ ਪੀ ਕੇ ਜਾਓ ਟਰਾਈ ਸਾਰੇ ਕਿਤੇ ਮਾਰਿਓ ਪੈ ਤਾਂ ਤੁਹਾਨੂੰ ਆਪੇ ਲੱਗ ਜਾਣਾ ਅਸੀਂ ਬਹੁਤ ਟਰਾਈਆਂ ਮਾਰੀਆਂ ਸੀਗੇ ਟਰਾਈਆਂ ਮਾਰਨੇ ਸਾਡਾ ਹੱਕ ਬਣਦਾ ਤੇ ਬਲਜਿੰਦਰ ਕੋਲੇ ਆ ਕੇ ਦੋਸਤ ਵੀ ਮਿਲ ਗਈ ਸਾਨੂੰ ਤੇ ਰੇਟ ਵੀ ਜਾਇਜ਼ ਮਿਲ ਗਿਆ ਸੰਦ ਚੰਗੇ ਮਿਲ ਗਏ ਮੇਨ ਆਪਾਂ ਵੀਡੀਓ ਇਸ ਕਰਕੇ ਬਲਜਿੰਦਰ ਬਾਈ ਦੀ ਪਾ ਰਹੇ ਹਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਆ